ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਇਹਨਾਂ ਤੋਂ ਇਲਾਵਾ ਕੁਛ ਸੰਸਥਾਵਾਂ ਇਹਨਾਂ ਦਾ ਵਿਰੋਧ ਵੀ ਕਰਦੀਆਂ ਨਜ਼ਰ ਆ ਰਹੀਆਂ ਹਨ। ਜ਼ਿਲ੍ਹਾ ਗੁਰਦਾਸਪੁਰ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਦੇ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਮਾਰ ਕੇ ਇਹ ਪ੍ਰਦਰਸ਼ਨ ਕੀਤਾ ਔਰ ਇਹ ਮੰਗ ਵੀ ਕੀਤੀ ਵੀ ਪੰਚਾਇਤੀ ਚੋਣਾਂ ਨੂੰ ਨਿਰਪੱਖ ਅਤੇ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਕਾਂਗਰਸ ਦੇ ਐਮਐਲਏ ਉੱਪਰ ਵਿਰੋਧੀਆਂ ਨੂੰ ਧਮਕਾਉਣ ਅਤੇ ਡਰਾਉਣ ਸੰਬੰਧੀ ਕਾਗਜ਼ ਨਾ ਭਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਦੇ ਕਰਿੰਦੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਡਰਾ ਧਮਕਾ ਰਹੇ ਹਨ। ਗੁਰਦਾਸਪੁਰ ਤੋਂ ਕੇਸ਼ਵ ਮਹਾਜਨ ਦੀ ਖਾਸ ਰਿਪੋਰਟ, ਲਾਈਟ ਆਫ ਨੇਸ਼ਨ ਮੀਡੀਆ। ਸਰ ਕੀ ਨਾਮ ਤੁਹਾਡਾ ਜੀ? ਕਾਂਗੜ ਗੁਰਮੀਤ ਸਿੰਘ, ਵਕਤਪੁਰਾ, CPIML ਲਿਬਰੇਸ਼ਨ ਦਾ ਮੈਂ ਸੂਬਾ ਸਕੱਤਰ ਹਾਂ। ਸਰ ਇਹ ਜਿਹੜਾ ਅੱਜ ਧਰਨਾ ਰੋਸ ਪ੍ਰਦਰਸ਼ਨ ਕਰ ਰਹੇ ਹੋ, ਕਿਸ ਸੰਬੰਧੀ ਕਰ ਰਹੇ ਜੀ? ਅੱਜ ਸਾਡੀ ਪਾਰਟੀ ਇਹ ਧਰਨਾ ਪੰਜਾਬ ਸਰਕਾਰ ਦੀ ਉਸ ਧੱਕੇਸ਼ਾਹੀ ਦੇ ਖਿਲਾਫ ਦੇ ਰਹੀ ਆ ਜਿਹੜੀ ਪੰਚਾਇਤੀ ਚੋਣਾਂ ਨਾਲ ਸੰਬੰਧਿਤ ਹੈ, ਕਿਉਂਕਿ ਕੱਲ੍ਹ ਤੱਕ ਪੰਚਾਇਤੀ ਚੋਣਾਂ ਲਈ ਉਮੀਦਵਾਰਾਂ ਨੂੰ ਜਿਹੜੇ ਡਾਕੂਮੈਂਟ ਮੁਹੱਈਆ ਕਰਾਉਣੇ ਸੀ ਬਲਾਕ ਅਧਿਕਾਰੀਆਂ ਨੇ, ਉਹ ਨਹੀਂ ਸਨ ਕਰਵਾਏ। ਅੱਜ ਕਾਗਜ਼ ਦਾਖਲ ਹੋਣ ਦੀ ਪਹਿਲੀ ਡੇਟ ਆ, ਇਸ ਕਰਕੇ ਕਾਗਜ਼ ਜਿਹੜੇ ਸੀ ਉਹ ਕੱਲ੍ਹ ਤੱਕ ਮੁਹੱਈਆ ਹੋਣੇ ਚਾਹੀਦੇ ਸੀ। ਅਸੀਂ ਸਮਝਦੇ ਹਾਂ ਕਿ ਅਕਾਲੀ ਸਰਕਾਰ ਦੀ ਤਰ੍ਹਾਂ ਕਾਂਗਰਸ ਸਰਕਾਰ ਵੀ ਆਜ਼ਾਦ ਪੰਚਾਇਤੀ ਚੋਣਾਂ ਹੋਣ ਦੇ ਵਿੱਚ ਰੁਕਾਵਟ ਖੜੀ ਕਰ ਰਹੀ ਆ। ਜਿਹੜੀ ਕਾਂਗਰਸ ਦੀ ਪਹੁੰਚ ਗੈਰ ਸੰਵਿਧਾਨਕ ਆ ਔਰ ਜਮਹੂਰੀਅਤ ਦਾ ਕਹਾਣ ਆ, ਅਸੀਂ ਇੱਥੇ ਦੱਸਣ ਆਏ ਹਾਂ ਕਿ ਪੰਚਾਇਤੀ ਚੋਣਾਂ ਲੋਕਾਂ ਦਾ ਜਮਹੂਰੀ ਹੱਕ ਆ ਔਰ ਉਹ ਨਿਰਪੱਖਤਾ ਦੇ ਨਾਲ ਹੋਣੀਆਂ ਚਾਹੀਦੀਆਂ ਨੇ। ਔਰ ਕਾਂਗਰਸ ਨੂੰ ਇਹ ਸਬਕ ਸਿੱਖਣਾ ਚਾਹੀਦਾ ਕਿ ਜੇਕਰ ਅਕਾਲੀਆਂ ਨੇ ਧੱਕੇਸ਼ਾਹੀਆਂ ਕੀਤੀਆਂ ਸਨ ਤਾਂ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਇਤਿਹਾਸਕ ਮਾਰ ਮਾਰੀ ਆ। ਜੇਕਰ ਕਾਂਗਰਸ ਵੀ ਪੰਚਾਇਤੀ ਚੋਣਾਂ ਨੂੰ ਨਿਰਪੱਖਤਾ ਨਾਲ ਨਹੀਂ ਹੋਣ ਦੇਵੇਗੀ ਤਾਂ ਲੋਕ ਮਾਫ਼ ਨਹੀਂ ਕਰਨਗੇ। ਸਾਡੀ ਪਾਰਟੀ ਕਿਸੇ ਵੀ ਹਾਲਤ ਦੇ ਵਿੱਚ ਕਾਂਗਰਸ ਦੀ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ। ਭਾਵੇਂ ਕਿ ਚੋਣ ਕਮਿਸ਼ਨ ਨੇ ਔਰ ਪੰਚਾਇਤ ਦੇ ਡਾਇਰੈਕਟਰ ਨੇ ਹਦਾਇਤਾਂ ਨਵੀਆਂ ਕਰ ਦਿੱਤੀਆਂ ਨੇ, ਪਰ ਇਹਦੇ ਬਾਵਜੂਦ ਵੀ ਸਾਨੂੰ ਸ਼ੱਕ ਆ ਕਿ MLA ਮੰਤਰੀ ਔਰ ਉਹਨਾਂ ਦੇ ਪਿੰਡਾਂ ਦੇ ਸੂਬੇਦਾਰ ਜਿੱਦਾਂ ਦੀਆਂ ਉਹ ਧਮਕੀਆਂ ਦੇ ਰਹੇ ਨੇ ਲੋਕਾਂ ਨੂੰ, ਲੋਕਾਂ 'ਚ ਡਰ ਆ, ਸਹਿਮ ਆ, ਅਤੇ ਉਹ ਕਾਗਜ਼ ਰੱਦ ਕਰਾਉਣ ਦੀ ਕੋਸ਼ਿਸ਼ ਕਰਨਗੇ ਜਾਂ ਉਹ ਦਾਖਲ ਹੋਣ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਜਿਹਦੇ ਸੰਬੰਧ 'ਚ ਅਸੀਂ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦੇਣਾ ਆ ਕਿ ਜਮਹੂਰੀ ਹੱਕਾਂ ਦਾ ਕਹਾਣ ਨਹੀਂ ਹੋਣਾ ਚਾਹੀਦਾ। ਇਹ ਜਿਹੜਾ ਮੰਗ ਪੱਤਰ DC ਸਾਹਿਬ ਨੂੰ ਦਓਗੇ ਜਾਂ ਅਦਰ? ਹਾਂ, ਅਸੀਂ ਮੰਗ ਪੱਤਰ DC ਸਾਹਿਬ ਰਾਹੀਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਭੇਜ ਰਹੇ ਹਾਂ ਕਿ ਭਾਈ ਇਹ ਸਖਤੀ ਦੇ ਨਾਲ ਜੋ ਉਹਨਾਂ ਦੀਆਂ ਹਦਾਇਤਾਂ ਨੇ ਜ਼ਿਲ੍ਹਾ ਪ੍ਰਸ਼ਾਸਨਾਂ ਰਾਹੀਂ ਸਾਰੇ ਪੰਜਾਬ ਦੇ ਵਿੱਚ ਉਹਨਾਂ ਨੂੰ ਲਾਗੂ ਕਰਾਇਆ ਜਾਵੇ।